ਹੈਲੋ ਸਟੂਡੈਂਟ ਸਿੱਖਿਆ ਐਫ ਐਮ ਦੇ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਦਵਿੰਦਰ ਕੁਮਾਰ ਤੁਹਾਨੂੰ ਅੱਜ ਮੈਂ ਜਿਹੜੇ ਬੱਚੇ ਪੀ ਐਸ ਟੈਟ ਫਿਜ਼ੀਕਲ ਐਜੂਕੇਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹਨਾਂ ਬੱਚਿਆਂ ਨੂੰ ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਆਪਾਂ ਤਿਆਰੀ ਜਿਹੜੀ ਹੈ ਉਹ ਕਰਨੀ ਕਰਨੀ ਹੈ ਔਰ ਇਹਦੇ ਨਾਲ ਨਾਲੇ ਪਿਛਲੇ ਪੇਪਰ ਦੇ ਵਿੱਚ ਵੀ ਅਲਜ਼ਾਈਮਰ ਦੇ ਰਿਲੇਟਿਡ ਆਪਣੇ ਨਿਊਰੋਨ ਦੇ ਰਿਲੇਟਿਡ ਨਰਵਸ ਸਿਸਟਮ ਦੀ ਬਿਮਾਰੀਆਂ ਦੇ ਰਿਲੇਟਡ ਇੱਕ ਕੁਐਸਚਨ ਆਇਆ। ਅਰ ਅੱਜ ਮੈਂ ਉਹਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਤੁਹਾਨੂੰ ਅੱਜ ਮੈਂ ਇੱਕ ਕੁਐਸਚਨ ਕਰਵਾ ਰਿਹਾ ਹਾਂ ਇੱਕ ਟੌਪਿਕ ਕਰਵਾ ਰਿਹਾ ਜਿਹਦਾ ਨਾਮ ਹੈ ਪਾਰਕਿੰਸਨ ਡਿਜ਼ੀਜ਼। ਸਭ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟ ਇਸ ਚੈਨਲ ਤੇ ਨਵੇਂ ਨੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲੈਣਾ ਹੈ, ਲਾਈਕ ਕਰਨਾ ਹੈ ਅਤੇ ਸ਼ੇਅਰ ਕਰਨਾ ਹੈ। ਇਨਾ ਕੰਮ ਤਾਂ ਤੁਸੀਂ ਮੇਰਾ ਕਰ ਹੀ ਦੇਣਾ ਠੀਕ ਹੈ ਬਈ ਸਬਸਕ੍ਰਾਈਬ ਤੁਸੀਂ ਬੈਲ ਆਈਕਨ ਨੂੰ ਜੂ ਤੁਸੀਂ ਜਰੂਰ ਪ੍ਰੈਸ ਕਰ ਦੇਣਾ ਤਾਂ ਕਿ ਨਈ ਆਉਣ ਵਾਲੀ ਵੀਡੀਓ ਤੁਹਾਨੂੰ ਟਾਈਮ ਟੂ ਟਾਈਮ ਮਿਲ ਜੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਇੱਥੇ ਕਰਾਂਗੇ ਪਾਰਕਿਨਸਨ ਡਿਜ਼ੀਜ਼ ਕੀ ਬਿਮਾਰੀ ਕੀ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਤੁਸੀਂ ਐਂਡ ਤੱਕ ਦੇਖਣਾ ਹੈ ਤਾਂ ਕਿ ਤੁਹਾਨੂੰ ਲਾਸਟ ਦੇ ਵਿੱਚ ਐਮਸੀਕਿਊ ਵੀ ਆਪਾਂ ਕਰਾਂਗੇ ਤੁਹਾਨੂੰ ਅੰਦਾਜ਼ਾ ਜਾ ਅੱਜ ਦੀ ਕਲਾਸ ਦੇ ਵਿੱਚ ਅੰਦਾਜ਼ਾ ਤੁਹਾਨੂੰ ਬਹਿ ਜਾਏਗਾ ਵੀ ਅਸਲ ਦੇ ਵਿੱਚ ਆਪਾਂ ਗੱਲ ਕਰਨਾ ਕੀ ਚਾਹੁੰਦੇ ਆ ਔਰ ਕਿਸ ਤਰੀਕੇ ਦੇ ਐਮਸੀਕਿਊ ਇੱਥੇ ਆਉਣ ਤਾਂ ਮੈਂ ਦੇਖੋ ਬਈ ਪਾਰਕਿੰਸਨ ਡਿਜ਼ੀਜ਼ ਜਿਹਨੂੰ ਮੈਂ ਪੀਡੀ ਬੋਲੂਗਾ ਕੀ ਬੋਲੂਗਾ ਪੀਡੀ ਪਾਰਕਿੰਸਨ ਡਿਜ਼ੀਜ਼ ਵਾਸ ਦ ਫਰਸਟ ਡਿਸਕ੍ਰਾਈਬ ਇਸ ਜੇਮਸ ਪਾਰਕਿੰਸਨ ਜੇਮਸ ਪਾਰਕਿੰਸਨ ਯਾਨੀ ਕਿ ਉਸ ਸਾਇੰਟਿਸਟ ਦੇ ਨਾਮ ਦੇ ਉੱਤੇ ਹੀ ਇਹਦਾ ਨਾਮ ਪੈ ਗਿਆ ਬੋਲੋ ਹਾਂ ਠੀਕ ਹੈ ਉਹਨਾਂ ਨੇ ਇੱਕ ਮੋਨੋਗ੍ਰਾਫ ਕਲਾਸਿਕਲ ਮੋਨੋਗ੍ਰਾਫ ਤਿਆਰ ਕੀਤਾ ਜਿਹਦਾ ਨਾਮ ਸੀ ਐਸੇ ਓਨ ਸ਼ੇਕਿੰਗ ਪਲਸੇ 1817 ਦੇ ਵਿੱਚ ਠੀਕ ਹੈ ਬਈ ਉਹਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਸਭ ਤੋਂ ਪਹਿਲੀ ਵਾਰ ਡਿਸਕ੍ਰਾਈਬ ਕੀਤਾ ਪਾਰਕਿੰਸਨ ਡਿਜ਼ੀਜ਼ ਬਾਰੇ ਠੀਕ ਹੈ ਜੀ तुसी ध्यान देना है पारकिनसन डिजीज नाउ करंटली बिकम पार्किसन बीमारी या रोग हूँ अलजाइमर रोग भी तो बाद हूँ उम्र न संबंधित है ठीक है मतलब की है पार्किनसन हैज नाउ करंटली बिकम द सैकेंड मोस्ट कॉमन एज रिलेटिड न्यूरो न्यूरोजेनरेटिव डिसऑर्डर है अल्जाइमर बीमारी तो बाद मेरी गल समझ आ गई आ गई होनी अल्जाइमर तो बीमारी तो बाद दूजी जड़ी, जड़ी बीमारी है जड़ी न्यूरो न्यूरो मतलब दिमाग के रिलेटिड जनरेटिव ज नूरो डीजनरेटिव डिसोर्डर है ठीक है ना डी यानी के ਜੋ ਜਨਰੇਟ ਨਾ ਹੋਵੇ ਉਸ ਤਰੀਕੇ ਦੀ ਬਿਮਾਰੀ ਹੈ ਪਾਰਕਿਨਸਨ ਯਾਨੀ ਕਿ ਬ੍ਰੇਨ ਨਾਲ ਰਿਲੇਟਿਡ ਬਿਮਾਰੀ ਹੈ ਇਸ ਡਿਜੀਜ਼ ਤੋਂ ਜਿਹੜੇ 올ਡ ਏਜ ਪਰਸਨ ਜਿਨ੍ਹਾਂ ਦੀ ਉਮਰ ਇਹ ਬਿਮਾਰੀ ਜ਼ਿਆਦਾਤਰ ਯੂ ਐਸ ਏ ਦੇ ਵਿੱਚ ਜਿਹੜੇ ਬੰਦੇ 60 ਸਾਲ ਤੋਂ ਉੱਤੇ ਹੈ ਉਹਨਾਂ ਵਿੱਚ ਦੇਖਣ ਨੂੰ ਮਿਲੀ ਹੈ ਇਸ ਤੋਂ ਹੱਥ ਪੈਰ ਜਿਹੜੇ ਉਹ ਕੰਮਣ ਲੱਗ ਜਾਂਦੇ ਹੈ ਠੀਕ ਹੈ ਤਾਂ ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਇੱਕ ਕਾਮਨ ਬਿਮਾਰੀ ਹੈ ਨਿਊਰੋ ਡੀਜਨਰੇਟਿਵ ਡਿਸਆਰਡਰ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਣਾ ਹੁਣ ਤੁਸੀਂ ਇਹ ਗੱਲ ਦੇਖੋਗੇ ਇਹਦਾ ਪਹਿਲਾ ਸਿੰਪਟਮਸ ਹੈ ਏ ਕਾਈਨੇਸ਼ੀਆ ਹੁਣ ਤੁਸੀਂ ਇਹ ਦੇਖੋਗੇ ਇਸ ਕੇ ਸਰ ਇਹਦਾ ਮਤਲਬ ਕੀ ਹੈ ਆ ਆਪਣਾ ਬ੍ਰੇਨ ਦਾ ਹਿੱਸਾ ਹੈ ਆ ਬ੍ਰੇਨ ਹੈ ਇਸ 파ਟ ਨੂੰ ਜਿਹੜਾ ਤੁਹਾਨੂੰ ਦਿਖ ਰਿਹਾ ਹੋਣਾ yellow ਜਿਹਾ 파ਟ ਦਿਖ ਰਿਹਾ ਹੋਣਾ ਪੀਲਾ ਜਿਹਾ 파ਟ ਦਿਖ ਰਿਹਾ ਹੋਣਾ ਜਿਹਨੂੰ ਬੋਲਦੇ ਐ vessel gantelia ਉਹਦੇ ਚ ਇਫੈਕਟ ਕਰਦਾ ਤੁਸੀਂ ਇਹ ਸਮਝ ਲਓ ekinsia ਕੀ ਹੈ ਇਹ ਪਰਸਨ ਹੈ ਇਹਦਾ ਦਿਮਾਗ ਹੈ ਇਹਦੇ ਵਿੱਚ ਜਿਹੜੀ ਨਿਊਰੋਨ ਹੈ ਇਹ ਹੈਲਥੀ ਨਿਊਰੋਨ ਹੈ ਕਿਹੜੀ ਨਿਊਰੋਨ ਹੈ ਏ ਨਿਊਰੋਨ ਨੋਰਮਲ ਨਿਊਰੋਨ ਹੈ ਜਿਹੜੇ ਬੰਦੇ ਨੂੰ ਪਾਰਕਿੰਸਨ ਡਿਜ਼ੀਜ਼ ਦੀ ਪ੍ਰੋਬਲਮ ਹੋ ਜਾਏ ਜਾਂ ਤੁਸੀਂ ਇਹ ਗੱਲ ਕਹਿ ਸਕਦੇ ਹੋ ਇਹ ਕਾਈਨੇਸੀਆ ਹੋ ਜਾਏ ਉਹਦੇ ਜਿਹੜੇ ਆ ਨਿਊਰੋਨਸ ਹੈ ਇਹ ਜਿਹੜੇ ਸੈੱਲ ਹੈ ਇਹ ਆਪਸ ਦੇ ਵਿੱਚ ਕੀ ਹੋ ਜਾਣਗੇ ਐਵੇਂ ਮੁਰਝਾ ਜਾਂਦੇ ਤੁਸੀਂ ਇਹ ਗੱਲ ਸਮਝ ਆ ਗਈ ਇਹਦੇ ਕਾਮਨ ਲੱਛਣ ਕੀ ਹੈ ਕਾਈਨੇਸੀਆ ਹੈ ब्रेड कानेसिया है रेडिक कानेसिया है इंक्रीज मसल स्टोन विद कॉग्निटिव इंपेयरमेंट एंड डिमेंशिया इन एडवांस्ड स्टेज ए एडवांस्ड स्टेज दी गल आपा उथे कर रहे है बी ए जेडे सिम्टम्स है ओ अगर एडवांस्ड कॉग्निटिव इंपेयरमेंट ठीक है ना यानी के ओदी बुद्धि दा जेड़ा विकास है ओ जमा ही जेड़ा है डेड हो जाता है और ਜਿਹੜਾ ਬਰੇਡੀਕਾਇਨੇਸ਼ੀਆ ਹੈ ਇਹਦੇ ਵਿੱਚ ਆ ਪਰਸਨ ਦੇਖੋ ਜਿਸ ਤਰੀਕੇ ਨਾਲ ਅੱਗੇ ਝੁਕਿਆ ਹੋਇਆ ਹੈ ਯਾਨੀ ਕਿ ਆਪਣੇ ਖਾਸ ਕਰ ਪਿੰਡਾਂ ਦੇ ਵਿੱਚ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਉਹ ਲੱਕੜੀ ਨਾਲ ਤੁਰਨ ਲੱਗ ਜਾਂਦੇ ਹੈ ਤਾਂ ਯਾਨੀ ਕਿ ਉਹਨਾਂ ਦੀ ਬੋਡੀ ਇਸ ਤਰੀਕੇ ਨਾਲ ਲੱਗਦੀ ਹੈ ਕਿ ਇਹ ਹੁਣੇ ਥੱਲੇ ਡਿੱਗਣਗੇ ਪਰ ਉਹ ਰਿਲੇਟਿਡ ਬਿਮਾਰੀ ਕਿਹਦੇ ਹੈ ਨਰਵਸ ਤਰੀਕੇ ਨਿਊਰਨ ਦੇ ਰਿਲੇਟਿਡ ਬਿਮਾਰੀ ਹੈ ਸਮਝ ਆ ਗਈ ਭਾਈ ਤਾਂ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਸਮਝ ਆ ਗਈ ਹੋਣੀ پارکਿੰਸਨ ਡਿਜ਼ੀਜ਼ ਦਿਮਾਗ ਦੇ ਵਿੱਚ ਦਿਮਾਗ ਦਾ ਇੱਕ ਨਿਊਰੋ ਡੀਜਨਰੇਟਿਵ ਡਿਸਆਰਡਰ ਹੈ ਠੀਕ ਹੈ ਆਪਾਂ ਹੁਣ ਅੱਗੇ ਚੱਲਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਬੱਚੇ ਪੀਐਸਟੈਟ ਪੀਐਸਟੈਟ ਫਿਜ਼ੀਕਲ ਐਜੂਕੇਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਆ ਜਿਹੜਾ 60 ਨੰਬਰ ਹੈ ਉਸ ਤੋਂ ਬਾਅਦ ਸੀਡੀਪੀਏ ਹੈ ਇੰਗਲਿਸ਼ ਪੈਡਾਗੋਜੀ ਹੈ ਪੰਜਾਬੀ ਪੈਡਾਗੋਜੀ ਹੈ ਉਹਨਾਂ ਦੀ ਤਿਆਰੀ ਅਸੀਂ ਕਰਵਾ ਰਹੇ ਹਾਂ ਸਾਡੇ ਥੱਲੇ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਪੀਟੀਆਈ 2000 ਦਾ ਬੈਚ ਵੀ ਸ਼ਾਨਦਾਰ ਚੱਲ ਰਿਹਾ ਹੈ ਬਹੁਤ ਕਾਫੀ ਮੈਂ ਉੱਥੇ ਮੌਕ ਟੈਸਟ ਵੀ ਪ੍ਰੋਵਾਈਡ ਕਰ ਦਿੱਤੇ ਗਏ ਤੁਸੀਂ ਇਹ ਗੱਲ ਆਪਣਾ ਮਨ ਮਣਾ ਕੇ ਬਈ ਕਰ ਲੈਣਾ ਸਮਝ ਆ ਗਈ ਹੁਣ ਆਪਾਂ ਚੱਲਦੇ ਹਾਂ ਪਾਰਕਿੰਸਨ ਡਿਜ਼ੀਜ਼ ਬ੍ਰੇਨ ਦੇ ਰਿਲੇਟਿਡ ਨਾਲ ਡਿਜ਼ੀਜ਼ ਹੈ ਹੱਥ ਪੈਰ ਹਿੱਲਣ ਲੱਗ ਜਾਂਦੇ ਹੈ ਅਲਜ਼ਾਈਮਰ ਤੋਂ ਬਾਅਦ ਦੀਏ ਮਤਲਬ ਦੂਜੀ ਬਿਮਾਰੀ ਹੈ ਅਲਜ਼ਾਈਮਰ ਵੀ ਕਰਾਂਗੇ ਕੁਝ ਦਿਨ ਬਾਅਦ ਇਹਨਾਂ ਨੇ ਬੋਲਿਆ ਹੈ एक गल कहो ग तो मैं कहूँ कि जीडी पार्किनसन बीमारी है ना आर रिलेटिड टू तो डोपामाइन है डोपामाइन सब तो पहला एक डोपामाइन शब्द का नाम सुनीय डोपामाइन की चीज है डोपामाइन एक कैमिकल मैसेंजर है ठीक है एक न्यूरो ट्रांसमीटर है कल क्वेश्चन आ जाए कि डोपामाइन क्या है ਡੋਪਾਮਾਈਨ ਇੱਕ ਨਿਊਰੋਟਰਾਂਸਮਿਟਰ ਹੈ ਠੀਕ ਹੈ ਨਾ ਨਿਊਰੋ ਮਤਲਬ ਦਿਮਾਗ ਦੇ ਵਿੱਚ ਮੈਸੇਜ ਲੈ ਕੇ ਜਾਂਦਾ ਹੈ ਠੀਕ ਹੈ ਨਾ ਇਹ ਨਰਵਸ ਸੈਲ ਆ ਦੇਖੋ ਅੱਗੇ ਲਿਖਿਆ ਹੈ that work in brain it's help nervous cell and send messages to each other ਨਰਵ ਸੈਲ ਹਰ ਮੈਸੇਜ ਨੂੰ ਲੈ ਕੇ ਜਾਂਦੀ ਹੈ ਕਹਿਣ ਦਾ ਮਤਲਬ ਕੀ ਹੈ ਮੰਨ ਲਓ ਤੁਸੀਂ ਸੁੱਤੇ ਪਏ ਹੋ ਤੁਹਾਡੇ ਕੋਈ ਤਤੀ ਚੀਜ਼ ਇੱਥੇ ਲਾਤੀ ਤੁਸੀਂ ਇਕਦਮ ਹੱਥ ਚੱਕਣਾ ਕਿਉਂ ਉਹ ਨਰਵ ਸੈਲ with the help of dopamine neurotransmitter ਦੀ ਮਦਦ ਨਾਲ ਤੁਹਾਡੇ ਦਿਮਾਗ ਨੂੰ ਉਹ ਲੈ ਕੇ ਜਾਊਗਾ ਮੈਸੇਜ ਯਾਨੀ ਕਿ ਇੱਕ ਮੈਸेंजर ਦਾ ਕੰਮ ਕਰਦਾ ਹੈ Dopamine ਤੁਸੀਂ ਧਿਆਨ ਦਿਓ ਮੈਂ ਤੁਹਾਨੂੰ ਪੜਾਉਣਾ ਕੀ ਚਾਹਨਾ ਮੈਂ ਇਹ ਗੱਲਾਂ ਕਿਉਂ ਦੱਸਣਾ ਚਾਹਨਾ ਕਿ ਹੋ ਸਕਦਾ ਹੈ ਤੁਹਾਡੇ ਥੋੜੀ ਘੱਟ ਸਮਝ ਆਏ ਪਰ ਮੇਰੇ ਕੰਟੈਂਟ ਦੇ ਡਿਲੀਵਰ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਹਾਂ ਥੋੜਾ ਔਖਾ ਜ਼ਰੂਰ ਹੈ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਇੰਨਾ ਤੁਸੀਂ ਕਹੋਗੇ ਸਰ ਤੁਸੀਂ ਸਾਨੂੰ ਨਿਊਰੋਨ ਸਰਜਨ ਬਣਾਓਗੇ ਨਿਊਰੋ ਸਰਜਨ ਨਹੀਂ ਬਣਾਉਂਗਾ ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਪੀਐਸ ਟੈਟ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਚਾਹੇ ਪੀਟੀਆਈ 2000 ਦੇ ਬੈਚ ਦੇ ਵਿੱਚ ਡੀਪੀਈ ਦੇ ਬੈਚ ਦੇ ਵਿੱਚ ਜਾਂ ਬੈਚ ਦੀ ਗੱਲ ਮੈਂ ਕਰ ਰਿਹਾ ਹਾਂ ਵੈਕੈਂਸੀ ਆਣ ਦੇ ਬਾਅਦ ਠੀਕ ਹੈ ਨਾ ਉਹਨਾਂ ਭਰਤੀਆਂ ਦੇ ਵਿੱਚ ਵੀ ਤੁਹਾਨੂੰ ਹਿਊਮਨ ਬਾਡੀ ਯਾਨੀ ਕਿ ਪ੍ਰਣਾਲੀ ਦਾ ਟੌਪਿਕ ਦੇ ਰੱਖਿਆ ਹੈ ਉਥੋਂ ਦੀ ਰਿਲੇਟਡ ਰੈਲੇਵੈਂਟ ਡਿਜ਼ੀਜ਼ ਵੀ ਤੁਹਾਨੂੰ ਦੇ ਰੱਖਿਆ ਤਾਂ ਉਹ ਕਰੋਗੇ ਤਾਂ ਹੀ ਗੱਲ ਹੈ ਨਾ ਹੁਣ ਪਾਰਕਿੰਸਨ ਡਿਜ਼ੀਜ਼ ਜਿਹੜੇ ਬੱਚਾ ਇਸ ਲੈਕਚਰ ਨੂੰ ਮੇਰਾ ਪੂਰਾ ਦੇਖ ਲੂਗਾ ਉਹਨੂੰ ਪਾਰਕਿੰਸਨ ਡਿਜ਼ੀਜ਼ ਕਦੇ ਵੀ ਸਬਜੈਕਟ ਦੇ ਵਿੱਚ ਆਵੇਗਾ ਉਹ ਆਪਣਾ ਆਨਸਰ ਸਹੀ ਕਰਕੇ ਆਏਗਾ ਸਮਝ ਆ ਗਈ ਭਈ ਤਾਂ ਸਭ ਤੋਂ ਪਹਿਲਾਂ ਜਿਹੜੀ ਬਿਮਾਰੀ ਪਾਰਕਿੰਸਨ ਹੈ ਜਿਹੜੇ ਬੰਦੇ ਟਿੱਡੇ ਹੋ ਜਿਹੜੇ ਬੁਜ਼ੁਰਗ ਜਿਹੜੇ ਜਿਹਨਾਂ ਦੀ 올ਡ ਏਜ ਹੈ ਜਿਹਨਾਂ ਦੀ ਉਮਰ 60 ਸਾਲ ਤੋਂ ਉੱਤੇ ਹੈ ਉਵੇਂ ਲੱਗਦੇ ਐ ਵੀ ਡਿੱਗਣਗੇ ਪਰ ਡਿੱਗਦੇ ਨਹੀਂ ਲਾਠੀ ਨਾਲ ਵੀ ਚੱਲ ਕੇ ਐਵੇਂ ਠੀਕ ਐ ਨਾ ਯਾਨੀ ਕਿ ਪਾਰਕਿਨਸਨ ਬਿਮਾਰੀ ਜਿਹੜੀ ਹੈ ਯਾਨੀ ਕਿ ਡਿਜੀਜ਼ ਜਿਹੜੀ ਹੈ ਇੱਕ ਕਦੋਂ ਹੁੰਦੀ ਹੈ ਲਾਸ ਆਫ ਡੋਪਾਮਿਨ ਨਿਊਰਨ ਡੋਪਾਮਿਨਰਜਿਕ ਨਿਊਰਨ ਇਹਨੂੰ ਡੋਪਾਮਿਨ ਵੀ ਬੋਲ ਸਕਦੇ ਹੋ ਡੋਪਾਮਿਨ ਨਿਊਰਨ ਇਨ ਦਾ ਸਬ ਟੈਨ ਪਿਆ ਨਿਗਰਾ ਡੀਪ ਸਟੱਡੀ ਦੇ ਵਿੱਚ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕੀ ਕਰ ਰਿਹਾ ਤੁਸੀਂ ਜਿਸ ਤਰੀਕੇ ਨਾਲ ਆ ਦੇਖੋ ਤੁਹਾਨੂੰ ਇਹ ਗੱਲ ਦਿਖ ਰਹੀ ਹੋਊਗੀ ਆ ਦੇਖੋ ਥੋੜਾ ਜਿਹਾ ਇਧਰ ਧਿਆਨ ਦਿਓ ਇੱਕ ਗੱਲ ਇਧਰ ਧਿਆਨ ਦੇਣਾ ਬਈ ਕੀ ਲਿਖਿਆ ਮੈਂ ਕੀ ਬੋਲਿਆ ਕੀ ਬੋਲਿਆ ਮੈਂ ਠੀਕ ਹੈ ਜੀ ਆ ਦੇਖੋ ਸਬ ਐਂਟ ਸਬਸਟੈਂਟਿਆ ਨਿਗਰਾ ਕਿਹੜਾ ਆ ਰਿਹਾ ਸਮਝ ਆ ਗਈ ਇਸ 파ਟ ਨੂੰ ਇਹਦੇ ਵਿੱਚ ਡੋਪਾਮਾਈਨ ਜਿਹੜਾ ਨਿਊਰੋਟ੍ਰਾਂਸਮਿਟਰ ਹੈ ਉਹਦਾ ਲਾਸ ਹੋ ਜਾਂਦਾ ਉਹ ਖਤਮ ਹੋ ਜਾਂਦਾ ਉੱਥੇ ਹੁੰਦਾ ਹੀ ਨਹੀਂ ਤਾਂ ਬਜ਼ੁਰਗ ਜਿਹੜਾ ਹੈ ਜਿਹਦੀ ਉਮਰ 60 ਸਾਲ ਤੋਂ ਉੱਤੇ ਹੈ ਉਹਦੇ ਨਿਊਰੋਟ੍ਰਾਂਸਮਿਟਰ ਮੈਸੇਜ ਦੇਣ ਵਾਲੀਆਂ ਨਰਵਸ ਮੈਸੇਜ ਪਹੁੰਚਾਉਂਦੀ ਆ ਹੀ ਨਹੀਂ ਸਮਝ ਆ ਗਈ ਹੋਣੀ ਤੁਹਾਨੂੰ ਸਮਝ ਆ ਗਈ ਯਾਨੀ ਕਿ ਆ ਬ੍ਰੇਨ ਜਿਹੜਾ ਵੀ ਟੀਚਰ ਚਾਹੇ ਦਵਿੰਦਰ Yadav ਹੈ ਜਿਹੜਾ ਵੀ ਟੀਚਰ ਤੁਹਾਨੂੰ ਇਹ ਚੀਜ਼ਾਂ ਕਰਾਊਗਾ ਦਿਮਾਗ 'ਚ ਤਾਂ ਹੀ ਬੈਠੇ ਰਹਿਣਾ ਤੁਹਾਨੂੰ ਕੱਲ ਨੂੰ ਕੁਐਸਚਨ ਪੱਕਾ ਪੇਪਰ 'ਚ ਪੁੱਛ ਲੇਗਾ ਪੀਐਸਟੈਟ ਕਿਉਂਕਿ ਮੈਂ ਕਿਉਂ ਕਰਾ ਰਿਹਾ ਕਿਉਂਕਿ ਅੱਜ ਕੱਲ ਦੇ ਪੇਪਰ ਪਿਛਲੇ ਪੇਪਰ ਨਾਲੋਂ ਬਹੁਤ ਤਕੜੇ ਆਣਗੇ 2023 ਦਾ ਪੀਐਸਟੈਟ ਦਾ ਪੇਪਰ ਖਤਰਨਾਕ ਆਇਆ ਐਜ਼ ਕੰਪੇਅਰ ਟੂ ਪਿਛਲੇ ਸਾਰੇ ਪੇਪਰਾਂ ਦੇ ਜਦੋਂ ਚੰਨੀ ਜੀ ਦੀ ਸਰਕਾਰ ਸੀਗੀ ਉਦੋਂ ਪੇਪਰ ਤਾਂ ਹਲਵਾ ਆਇਆ ਹਲਵਾ ਠੀਕ ਹੈ ਨਾ ਹਲਵਾ ਮਤਲਬ ਹਾਂ ਸਮਝ ਗਏ ਹੋਣੇ ਤੁਸੀਂ ਠੀਕ ਹੈ ਜੀ ਤਾਂ ਤੁਸੀਂ ਇਹ ਗੱਲ ਧਿਆਨ ਰੱਖਣਾ ਹੈ ਅੱਜ ਜਦੋਂ ਵੀ ਤੁਹਾਨੂੰ ਕੱਲ ਨੂੰ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਮਿਡ ਬ੍ਰੇਨ ਮਿਡ ਬ੍ਰੇਨ ਕਾਨੂੰ ਕੁਐਸ਼ਨ ਦੇ ਵਿੱਚ ਕੱਲ ਨੂੰ ਇਹ ਕੁਐਸ਼ਨ ਆ ਸਕਦਾ ਹੈ ਕਿ ਪਾਰਕਿੰਸਨ ਬਿਮਾਰੀ ਕਦੋਂ ਹੁੰਦੀ ਹੈ ਜਦੋਂ ਡਿਫੈਕਟ ਹੋ ਜੇ ਲੀਵਰ ਦੇ ਵਿੱਚ ਕਿਡਨੀ ਦੇ ਵਿੱਚ ਮਿਡ ਬ੍ਰੇਨ ਚ ਜਾਂ ਫਿਰ ਬ੍ਰੇਨ ਦਾ ਕੋਈ ਹੋਰ ਹਿੱਸਾ ਬੋਲ ਦੇਵੇਗਾ ਤਾਂ ਯਾਦ ਰੱਖਣਾ ਮਿਡ ਬ੍ਰੇਨ ਅਗਰ ਸਬਟੈਂਟਿਆ ਨਿਗਰਾ ਬੋਲ ਦੇ ਠੀਕ ਹੈ ਤਾਂ ਉਹ ਤਾਂ 파ਰਟੀ ਉਹਦੇ ਵਿੱਚ ਹੀ ਸਮਝ ਆ ਗਈ ਤਾਂ ਇਹ ਨਾ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਬਈ ਤਾਂ ਇਹ ਗੱਲਾਂ ਮੈਂ ਤੁਹਾਨੂੰ ਦੱਸੀ ਹੈ ਤਾਂ ਕਰਕੇ ਤਾਂ ਕਿ ਤੁਹਾਨੂੰ ਜਿਹੜਾ ਹੈ ਪਤਾ ਲੱਗਦਾ ਰਹੇ ਠੀਕ ਹੈ ਜੀ ਪਤਾ ਤੁਹਾਨੂੰ ਪੂਰਾ ਲੱਗੇ ਤਾਂ ਹੀ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਆ ਹੈ ਜੀ ਸਬ ਟੈਨਿਆ ਠੀਕ ਹੈ ਨਾ ਨਿਗਰਾ ਵਿਚ ਕਾਜ਼ਸ ਡਿਕਰੀਸ ਥੈਲਮਿਕ ਐਜੀਟੇਸ਼ਨ ਆਫ ਮੋਟਰ ਕੋਰਟੈਕਸ ਕਾਜ਼ ਡਿਸਟਰਬੈਂਸ ਇਨ ਵੋਲੰਟਰੀ ਮੂਵਮੈਂਟ ਜਦੋਂ ਹੀ ਸਬ ਸਟੈਂਟਿਆ ਨਿਗਰਾ ਦੇ ਵਿੱਚ ਡੋਪਾਮਿਨ ਦਾ ਲਾਸ ਹੋਗਾ ਡੋਪਾਮਿਨ ਘਟ ਬਣੂਗਾ ਜਾਂ ਬਣੂਗਾ ਹੀ ਨਹੀਂ ਤਾਂ ਵੋਲੰਟਰੀ ਮੂਵਮੈਂਟ ਦੇ ਵਿੱਚ ਇਫੈਕਟ ਗੇਰੇਗਾ ਉਸ ਪਰਸਨ ਦੇ ਬੋਲੋ ਸਮਝ ਆ ਗਈ ਤਾਂ ਮੈਂ ਤੁਹਾਨੂੰ ਕੀ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਾਰਾ ਖੇਲ ਡੋਪਾਮਿਨ ਦਾ ਹੈ ਇੱਕ ਕੈਮੀਕਲ ਮੈਸੇਂਜਰ ਹੈ ਜਿਹਨੂੰ ਨਿਊਰੋਟਰਾਂਸਮਿਟਰ ਵੀ ਕਹਿੰਦੇ ਹੈ ਜਿਹੜਾ ਨਰਵ ਸੈੱਲ ਦੇ ਵਿੱਚ ਹੋ ਕੇ ਮੈਸੇਜ ਪਹੁੰਚਾਉਂਦਾ ਹੈ ਕਿੱਥੇ ਮਿਡ ਬ੍ਰੇਨ ਦੇ ਵਿੱਚ ਮਿਡ ਬ੍ਰੇਨ ਦੇ ਵਿੱਚ ਕਿਹੜਾ ਪਾਰਟ ਹੈ ਜਿਹਦਾ ਨਾਮ ਹੈ ਸਬਸਟੈਂਟिया ਨਿਗਰਾ ਬੋਲੋ ਹਾਂ ਮੈਂ ਕੀ ਸਮਝਾਣਾ ਚਾਹਨਾ ਅਬ ਤੁਹਾਨੂੰ ਐਗਜ਼ਾਮੀਨਰ ਬੋਲ ਦੇਗਾ ਕਿ ਦੱਸੋ ਜਿਵੇਂ ਮਲੇਰੀਆ ਦੀ ਦਵਾਈ ਪੁੱਛਦਾ ਹੈ ਕਿ ਛਾਲ ਦੇ ਟਰੀ ਨਾਲ ਇੱਕ ਕੁਐਸਚਨ ਵੀ ਆਇਆ ਹੋਇਆ ਹੈ ਸਿਨਿਕੋ ਨਾਉ ਟਰੀ ਉਸੇ ਤਰੀਕੇ ਨਾਲ ਤੁਹਾਨੂੰ ਕੱਲ ਨੂੰ ਪੁੱਛ ਸਕਦਾ ਹੈ ਕਿ ਇੱਕ ਬੰਦਾ ਪਾਰਕਿਨਸਨ ਬਿਮਾਰੀ ਤੋਂ ਪੀੜਤ ਹੈ ਦੱਸੋ ਉਹਨੂੰ ਕਿਹੜੀ ਡਰੱਗਸ ਦੀ ਲੋੜ ਹੈ ਉਹਨੂੰ ਡਰੱਗ ਦੀ ਲੋੜ ਹੈ ਜੀ ਲੇਵੋਡੋਪਾ ਠੀਕ ਹੈ ਨਾ ਲੇਵੋਡੋਪਾ ਜਿਹੜਾ ਕੀ ਕਰਦਾ ਹੈ ਖੂਨ ਦੇ ਵਿੱਚ ਬਲੱਡ ਬਲੱਡ ਬ੍ਰੇਨ ਬੈਰੀਅਰ ਸਮਝ ਆ ਗਈ ਐਂਡ ਐਕਟ ਡੋਪਾਮਾਈਨ ਪ੍ਰੋਸੈਸ ਪ੍ਰਿਕਰ ਸਰ are very promiseable and treat of pd pd matlab parkinson's disease matlab kya hai levodopa jehda hai eh prikarshar hai prikarshar da matlab ki hunda hai ki bananda hai badawa denda hai kinnu dopamine nu chemical substance nu chemical tusi keh reh sakde ho ek messenger hai sade dimag de vich dopamine samajh aagi ਜੀਦੀ ਘਾਟ ਨਾਲ ਸਬਸਟੈਂਸia ਨਿਗਰਾ ਜੋ ਕਿ ਇਫੈਕਟ ਕਰਦਾ ਹੈ ਬੰਦੇ ਦੀ ਵੋਲੰਟਰੀ ਮਸਲਸ ਵੋਲੰਟਰੀ ਮਸਲਸ ਤੇ ਮਤਲਬ ਮਤਲਬ ਉਹੀ ਗੱਲ ਹੈ ਵੋਲੰਟਰੀ ਮੂਵਮੈਂਟਸ ਤੇ ਜਿਹੜਾ ਹੈ ਉਹ ਇਫੈਕਟ ਕਰਦਾ ਹੈ ਤੇ ਉਹ ਚੱਲਣ ਦੇ ਵਿੱਚ ਦਿੱਕਤ ਕਰ ਦਿੰਦਾ ਮੈਂ ਤੁਹਾਨੂੰ ਕੀ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਗੱਲ ਉੱਥੇ ਆ ਦੇਖੋ ਕਿਸ ਤਰੀਕੇ ਨਾਲ ਤਿੰਨ ਪਾਰਟ ਹੈ ਜਿਵੇਂ ਕਿ ਆ ਦੇਖੋ ਕਿਊਟੇਟੇ ਆ ਦੇਖੋ ਕਿਊਟੇਟੇਡ ਔਰ ਪੁਟਾਮਨ ਇੱਕ ਹੀ ਹੈ ਆ ਦੇਖੋ ਇਧਰ ਧਿਆਨ ਦਿਓ ਆ ਮੈਂ ਤੁਹਾਨੂੰ ਸਮਝਾਇਆ ਹੈ ਜਿਹੜਾ ਰੈੱਡ ਕਲਰ ਦੇ ਵਿੱਚ ਹੈ ਉਹ ਦਾ ਨਾਮ ਹੈ ਬੈਸਲ ਗੈਂਟਿਲਾ ਸਮਝ ਆ ਗਈ ਉਸ ਤੋਂ ਬਾਅਦ ਬੈਸਲ ਗੈਂਟਿਲਾ ਇਹ ਇੱਥੇ ਜਗਾ ਤੇ ਹੋਗਾ ਤਾਂ ਉਹ ਦਾ ਨਾਮ ਹੈ ਬੈਸਲ ਗੈਂਟਿਲਾ ਸਮਝ ਆ ਗਈ ਇੱਕ ਹੀ ਹੈ ਇਹ ਕਿਊਟੇਟ ਮਸ ਨਿਊਕਲੀਅਸ ਹੈ ਸਮਝ ਆ ਗਈ ਇਹ ਬ੍ਰੇਨ ਦਾ ਹਿੱਸਾ ਪੜਾ ਰਿਹਾ ਤੁਹਾਨੂੰ ਮੈਂ ਸਮਝ ਆ ਗਈ ਆ ਜਿਹੜਾ ਹਿੱਸਾ ਹੈ ਇਸ ਜਗ੍ਹਾ ਤੇ ਆ ਦੇਖੋ ਸਬਸਟੈਂਸia ਨਿਗਰਾ ਆ ਦੇਖੋ ਇਸ ਆਜ ਦੋ ਇੱਧਰ ਆ ਜਾਂਦਾ ਹੈ ਸਮਝ ਆ ਗਈ ਤਾਂ ਇਹਦੇ ਵਿੱਚ ਆ ਦੇਖੋ ਇਸ ਪਾਰਟ ਨੂੰ ਕੀ ਬੋਲਣਾ ਹੈ ਇਸ ਪਾਰਟ ਨੂੰ ਬੋਲਣਾ ਹੈ ਪੁਟਾਮਨ ਇਹ ਸਭ ਹਿੱਸਾ ਹੈ ਕੀ ਦੇ ਇਹ ਬਸਲ ਗੈਂਟਿਆ ਦਾ ਹਿੱਸਾ ਹੈ ਜਿਹੜਾ ਆ ਰੈੱਡ ਰੈੱਡ ਹੈ ਆ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਇਹ ਮੈਸੈਂਜਰ ਹੈ ए डोपामीन है समझ आ गई पर तुम एक गल समझ वास्ते ही बस सोचनी है आ देखो जिस तरीके इन द पार्किंसन डिजीज ड्यू टू द लॉस ऑफ डोपामेनेटिक न्यूरो ट्रांस न्यूरो न्यूरोन इन द सबटेंसिया निग्रा पेयर कॉम्पैक्टा एस एन पी सी ऑफ द सबस्टेंसिया निग्रा रिजल्ट इन डिमिनिश डोपामेनेटिक इनपुट प्रोवाइड बाय सब्सटेंशिया निग्रा विच कोस डिफिकल्ट टू मेंटेन द डी इंस्टेंसिंग इनविशन ऑफ मतलब क्या है मतलब ये है कि जड़ डोपामिन सब्सटेंशिया निग्रा दे विच या तो उसी एगल कह सकते हो कि कट होन्दा है वो इफेक्ट क्यों ज़ार्डेट और पुटमेंटे भी करेगा समझ आ गई ये पार्ट की दे है ਇਹ 파ਟ ਹੈ ब्रेन ਦੇ ਹੀ 파ਟ ਸਮਝ ਆ ਗਈ ਤੈਨਾਂ ਗੱਲਾਂ ਦਾ ਤੁਸੀਂ ਯਾਦ ਰੱਖਣਾ ਹੈ ਮੈਂ ਤੁਹਾਨੂੰ ਕੀ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਹੁਣ ਸਮਝ ਆ ਗਈ ਹੋਗੇ ਨਾਮ ਮੋਬਾਈਲ ਨੰਬਰ ਐਗਜ਼ਾਮ ਤੇ ਐਗਜ਼ਾਮ ਸਿਟੀ ਇਸ WhatsApp ਨੰਬਰ ਤੇ ਤੁਸੀਂ ਭੇਜ ਦਿਓ ਠੀਕ ਹੈ ਜੀ ਹਾਂਜੀ ਮੈਂ ਤੁਹਾਨੂੰ ਕੀ ਸਮਝਾਣ ਦੀ ਕੋਸ਼ਿਸ਼ ਕੀਤੀ ਹੈ ਪਤਾ ਲੱਗਿਆ ਨਾ ਬੇਸਿਕਲੀ ਗੱਲ ਕੀ ਕਰਨੀ ਆਪਾਂ ਪਾਰਕਿੰਸਨ ਡਿਜ਼ੀਜ਼ ਵਾਰੇ ਆਪਾਂ ਗੱਲਬਾਤ ਕਰ ਰਹੇ ਸੀ ਕੀ ਸਬਸਟੈਂਸ Iya ਨਿਗਰਾ ਦੇ ਵਿੱਚ ਡੋਪਾਮਾਈਨ ਨਿਊਰੋਟਰਾਂਸਮੀਟਰ ਦੀ ਕਮੀ ਕਾਰਨ ਬੰਦਾ ਜਿਹੜਾ ਹੈ ਵੋਲੰਟਰੀ ਮੂਵਮੈਂਟਸ ਨੂੰ ਬਹੁਤ ਪਰੇਸ਼ਾਨ ਕਰ ਦਿੰਦਾ ਹੈ ਹੁੰਦੀ ਨਹੀਂ ਬੇਸਿਕਲੀ ਸਮਝ ਆ ਗਈ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਤੁਹਾਨੂੰ ਪਤਾ ਲੱਗ ਗਿਆ ਬੇਸਿਕ ਇਸ ਹਿੱਸੇਦਾਰੀ ਨੂੰ ਇਸ ਨੂੰ ਬੈਸਲ ਗੈਂਗਿਲਿਆ ਗੈਂਗਿਲਿਆ ਬੋਲਦੇ ਠੀਕ ਹੈ ਨਾ ਤਾਂ ਇਹ ਗੱਲ ਤੁਸੀਂ ਯਾਦ ਰੱਖਣਾ ਹੈ ਸਾਰੀ ਠੀਕ ਹੈ ਤਾਂ ਮੈਂ ਪੰਜਾਬੀ ਚ ਵੀ ਲਿਖ ਰੱਖਿਆ ਤੁਹਾਨੂੰ ਡੋਪਾਮਾਈਨ ਕੀ ਕੰਮ ਕਰਦਾ ਹੈ ਕੈਮੀਕਲ ਮੈਸेंजर ਹੈ ਨਿਊਰੋਟ੍ਰਾਂਸਮਿਟਰ ਹੈ ਨਰਵਸ ਸੈੱਲ ਦੇ ਵਿੱਚ ਜਿੰਨੇ ਮੈਸੈਂਜਰਸ ਨੂੰ ਲੈ ਕੇ ਜਾਂਦਾ ਜਿਸ ਤਰੀਕੇ ਨਾਲ ਆ ਕੁਐਸਚਨ ਹੈ ਪਾਰਕਿੰਸਨ ਡਿਜ਼ੀਜ਼ ਇਜ਼ ਮਾਰਕਡ ਬਾਈ ਲੈਕ ਆਫ ਵਿਚ ਕੈਮੀਕਲ ਇਨ ਦਾ ਬ੍ਰੇਨ ਬ੍ਰੇਨ ਦੇ ਵਿੱਚ ਪਾਰਕਿੰਸਨ ਬਿਮਾਰੀ ਹੋ ਜਾਂਦੀ ਹੈ ਕਿਉਂ ਕਿਉਂਕਿ ਉਹਦੇ ਵਿੱਚ ਕਿਹੜਾ ਕੈਮੀਕਲ ਦੀ ਘਾਟ ਪਾਈ ਜਾਂਦੀ ਹੈ ਆਪਸ਼ਨ ਇਸ ਤਰੀਕੇ ਨਾਲ ਆਣਗੇ ਤੁਹਾਨੂੰ ਹੁਣ ਪਤਾ ਹੈ ਡੋਪਾਮਾਈਨ 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 ਕਿੱਥੇ ਪਾਇਆ ਜਾਂਦਾ ਹੈ ਏ ਮੈਂ ਹੁਣੇ ਤੁਹਾਨੂੰ ਸਮਝਾ ਕੇ ਆਇਆ ਬਟ ਤੁਹਾਨੂੰ ਇਹੋ ਜਿਹਾ ਕੁਐਸਚਨ ਆਏਗਾ ਇੰਨੀ ਕਹਾਣੀ ਦੇ ਵਿੱਚ ਇੰਨੀ ਰਾਮ ਕਹਾਣੀ ਦੇ ਵਿੱਚ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਮੈਂ ਤੁਹਾਨੂੰ ਪੜਾਉਣਾ ਕੀ ਚਾਹਨਾ ਅਸਲੀ ਇਹ ਇੰਨੀ ਚਰਚਾ ਕਿਉਂ ਕੀਤੀ ਹੈ ਕਿ ਪਾਰਕਿੰਸਨ ਬਿਮਾਰੀ ਇੱਕ ਬ੍ਰੇਨ ਦੇ ਰਿਲੇਟਿਡ ਬਿਮਾਰੀ ਹੈ ਨਰਵ ਸੈੱਲ ਦੇ ਰਿਗਰਡਿੰਗ ਪਾਣੀ ਹੈ ਜਦ ਡੋਪਾਮਾਈਨ ਕਮ ਹੋ ਜਾਂਦਾ ਹੈ ਸਬਸਟੈਂਸia ਨਿਗਰਾ ਦੇ ਵਿੱਚ ਤੁਸੀਂ ਕਹਿ ਸਕਦੇ ਠੀਕ ਹੈ ਨਾ ਯਾਨੀ ਕਿ ਇੱਕ ਨਿਊਰੋ ਡੀਜਨਰੇਟਿਵ ਡਿਜ਼ੀਜ਼ what is the first symptoms of parkinson's disease pehla parkinson bimari da pehla symptoms ki hai shaking of hand and foot yani ke hath aur pair jehde hai oh hillan lag jande samajh aagi eh pehla symptoms hai parkinson di bimari ullan da vi rog ho janda hai samajh aagi bhai ta eh gallan da tusi dhyan rakhna hai eh apna telegram channel hai shiksha fm telegram te search karoge tonu mil jayega ਠੀਕ ਹੈ ਜਰੂਰ ਜੁਆਇਨ ਕਰ ਲੈਣਾ ਇਹਨੂੰ ਆਪਣਾ ਪੇਡ ਬੈਚ ਵੀ ਚੱਲ ਰਿਹਾ ਹੈ ਪੀਐਸਟੈਟ ਫਿਜ਼ੀਕਲ ਐਜੂਕੇਸ਼ਨ ਦਾ ਪੀਟੀਆਈ ਦਾ 2000 ਦਾ ਵੀ ਚੱਲ ਰਿਹਾ ਹੈ ਠੀਕ ਹੈ ਨਾ ਉਹਨਾਂ ਬੱਚੇ ਜਿਹੜੇ ਬੱਚੇ ਸਾਡੇ ਕੋਲ ਹੈ ਉਹਨਾਂ ਨੂੰ ਖਾਸ ਆਫਰ ਦਿੱਤਾ ਗਿਆ ਹੈ ਠੀਕ ਹੈ ਨਾ ਜਿਹੜਾ ਪਹਿਲੇ ਪੀਟੀਆਈ ਤੋਂ ਵਿੱਚ ਆਏ ਹੈ ਠੀਕ ਹੈ ਨਾ ਹਾਂਜੀ ਇਹ ਆਪਣਾ ਨੰਬਰ ਹੈ 82888762 ਜੇਕਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਇਸੇ ਨੰਬਰ ਤੇ ਕਰ ਸਕਦੇ ਹੋ ਕਿਓ ਜੀ ਕਲਾਸ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਹੈ ਲਾਈਕ ਤੁਸੀਂ ਜਰੂਰ ਕਰ ਦੇਣਾ ਹੈ ਮਿਲਦੇ ਆਪਾਂ ਫਿਰ ਅਗਲੀ ਵਾਰ ਅਲਜ਼ਾਈਮਰ ਡਿਜ਼ੀਜ਼ ਦੇ ਬਾਰੇ ਆਪਾਂ ਚਰਚਾ ਕਰਾਂਗੇ ਠੀਕ ਹੈ ਜੀ ਚਰਚਾ ਕਰਨ ਮਿਲਦੇ ਆਂ ਫਿਰ ਅਗਲੀ ਕਲਾਸ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਜੈ